ਬੀਤੇ ਦਿਨੀ ਬਠਿੰਡਾ 'ਚ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਜ਼ਮਾਨਤ 'ਤੇ ਬਾਹਰ ਆਏ ਇੱਕ ਸ਼ਖਸ ਦਾ ਕਤਲ ਕੀਤਾ ਗਿਆ, ਜਿਸ ਦੀ ਇਹ ਵੀਡੀਓ ਵੀ ਸਾਹਮਣੇ ਆਈ ਸੀ। ਤਾਂ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਹਮਲਾ ਕਰਨ ਵਾਲੇ ਤਿੰਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਤਾਂ ਦੱਸ ਦਈਏ ਕਿ ਮਾਮਲਾ ਮੌੜ ਮੰਡੀ ਤੋਂ ਸਾਹਮਣੇ ਆਇਆ, ਜਿੱਥੇ ਮ੍ਰਿਤਕ 2020 ਦੇ ਇੱਕ ਕਤਲ ਮਾਮਲੇ ਦੇ ਵਿੱਚ ਜੇਲ੍ਹ ਤੋਂ ਬੇਲ 'ਤੇ ਬਾਹਰ ਆਇਆ ਸੀ। ਤਾਂ ਉਸਦੇ ਕਤਲ ਦੀ ਉਹ ਸਜ਼ਾ ਕੱਟ ਰਿਹਾ ਸੀ, ਜਿਸ ਤੋਂ ਬਾਅਦ ਉਸਦੇ ਪਰਿਵਾਰ ਦੇ ਵੱਲੋਂ ਉਸਤੇ ਹਮਲਾ ਕਰਕੇ ਬੁਰੀ ਤਰੀਕੇ ਦੇ ਨਾਲ ਸਰੇ ਬਾਜ਼ਾਰ ਉਸਨੂੰ ਮੌਤ ਦੇ ਘਾਟ ਉਤਾਰਿਆ ਗਿਆ ਤੇ ਫਿਰ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਹੁਣ ਮ੍ਰਿਤਕ ਦੇ ਪਰਿਵਾਰ ਵੱਲੋਂ ਲਗਾਤਾਰ ਇਹਨਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਸੀ। ਤਾਂ ਹੁਣ ਪੁਲਿਸ ਨੇ ਇਸ ਸੰਬੰਧੀ 4 ਗ੍ਰਿਫਤਾਰੀਆਂ ਕੀਤੀਆਂ ਨੇ, ਜਿਸ ਦੇ ਵਿੱਚ 2020 'ਚ ਮਾਰੇ ਗਏ ਮੁੰਡੇ ਦੀ ਮਾਂ ਸਮੇਤ 3 ਹਮਲਾ ਕਰਨ ਵਾਲੇ ਮੁੰਡਿਆਂ ਨੂੰ ਵੀ ਪੁਲਿਸ ਨੇ ਕਾਬੂ ਕੀਤਾ। ਤਾਂ ਦੱਸ ਦੇ ਕਿ ਮਾਮਲਾ 4 ਸਾਲ ਪਹਿਲਾਂ ਪੁਰਾਣੀ ਰੰਜਿਸ਼ ਦਾ ਸੀ, ਜਿੱਥੇ 2020 'ਚ ਇੱਕ ਮੁੰਡੇ ਦਾ ਕਤਲ ਕੀਤਾ ਗਿਆ ਸੀ ਤੇ ਮ੍ਰਿਤਕ ਇਸਦੀ ਸਜ਼ਾ ਕੱਟ ਰਿਹਾ ਸੀ, ਪਰ ਹੁਣ ਉਹ ਜ਼ਮਾਨਤ 'ਤੇ ਬਾਹਰ ਆਇਆ ਹੋਇਆ ਸੀ ਤੇ ਹੁਣ ਜਿਸਦਾ ਇਹਨਾਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਤੇ ਉਸਦੇ ਭਰਾਵਾਂ ਨੇ ਇਸ ਨੂੰ ਬਾਜ਼ਾਰ ਦੇ ਵਿੱਚ ਘੇਰ ਕੇ ਤੇਜ਼ਧਾਰ ਹਥਿਆਰਾਂ ਦੇ ਨਾਲ ਵੜ ਦਿੱਤਾ ਤੇ ਫਿਰ ਤੇ ਇਲਾਜ ਦੌਰਾਨ ਇਸ ਸ਼ਖਸ ਦੀ ਮੌਤ ਹੋ ਗਈ। ਤਾਂ ਪੁਲਿਸ ਨੇ ਹੁਣ ਇਹਨਾਂ ਹਮਲਾਵਰਾਂ ਨੂੰ ਕਾਬੂ ਕਰ ਲਿਆ। ਇੱਕ ਸਾਡੇ ਮੌੜ ਦੇ ਵਿੱਚ ਵਾਰਦਾਤ ਹੋਈ ਸੀਗੀ 7 ਜੁਲਾਈ ਨੂੰ, ਲਗਭਗ ਸ਼ਾਮ ਨੂੰ 7 ਵਜੇ ਦੇ ਕਰੀਬ 2 ਵਿਅਕਤੀਆਂ ਨੇ ਇੱਕ ਵਿਅਕਤੀ ਨੂੰ ਗੰਡਾਸੇ ਨਾਲ ਉਹਦੇ ਪੈਰਾਂ 'ਤੇ ਕਾਫੀ ਜ਼ਿਆਦਾ ਵਾਰ ਕੀਤੇ ਸੀਗੇ, ਜਿਹਦੀ ਵੀਡੀਓ ਵੀ ਵਾਇਰਲ ਹੋਈ ਸੀ। ਤਾਂ ਬਾਅਦ ਦੇ ਵਿੱਚ ਇਲਾਜ ਦੇ ਦੌਰਾਨ ਉਹਨਾਂ ਦੀ ਬਠਿੰਡਾ ਦੇ ਵਿੱਚ ਮੌਤ ਹੋ ਗਈ ਸੀਗੀ ਅਤੇ ਇਸ ਸੰਬੰਧ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਦੇ ਜਿਹੜੇ ਮੁੱਖ ਆਰੋਪੀ ਹੈਗੇ ਉਹ 3 ਵਿਅਕਤੀ ਜਿਨ੍ਹਾਂ ਜਿਹੜੇ ਮੌਕੇ 'ਤੇ ਸੀਗੇ ਉਹਨਾਂ ਨੂੰ ਬਠਿੰਡਾ ਪੁਲਿਸ ਵੱਲੋਂ ਅਰੈਸਟ ਕਰ ਲਿਆ ਗਿਆ। ਇਹਨਾਂ ਦੇ ਨਾਂ ਹੈਗੇ ਹਰਪ੍ਰੀਤ ਸਿੰਘ ਪੁੱਤਰ ਲਾਭ ਸਿੰਘ ਵਾਸੀ ਸੰਦੋਹਾ, ਇੱਥੇ ਪਹਿਲੇ ਵੀ ਪਰਚਾ 302 ਦਾ ਇੱਕ ਪਰਚਾ ਹੈਗਾ, NDPS ਦਾ ਪਰਚਾ ਹੈਗਾ, 392 ਦਾ ਇੱਕ ਪਰਚਾ ਹੈਗਾ। ਦੂਜਾ ਹੈਗਾ ਜਸਪ੍ਰੀਤ ਸਿੰਘ ਉਰਫ ਜਸ, ਇਹ ਰਹਿਣ ਵਾਲਾ ਹੈਗਾ ਪੀਰਕੋਟ ਦਾ, ਇਹਦੇ 'ਤੇ ਵੀ 326 ਦਾ ਪਹਿਲਾਂ ਪਰਚਾ ਹੈਗਾ, 392 ਦਾ ਪਰਚਾ ਹੈਗਾ। ਤੀਜਾ ਜਿਹੜਾ ਵਿਅਕਤੀ ਜਿਹੜਾ ਮੌਕੇ 'ਤੇ ਗੱਡੀ ਲੈ ਕੇ ਆਇਆ ਸੀ, ਗੱਡੀ ਦੇ 'ਚ ਇਹਨਾਂ ਨੂੰ ਲੈ ਕੇ ਆਇਆ ਸੀਗਾ, ਗੱਡੀ ਜਿਹਨੇ ਸਟਾਰਟ ਰੱਖੀ ਸੀ ਬਾਅਦ 'ਚ ਉਹਨਾਂ ਨੂੰ ਇੱਥੋਂ ਮੌਕੇ ਤੋਂ ਲੈ ਕੇ ਗੱਡੀ ਦੇ 'ਚ ਫਰਾਰ ਹੋ ਗਿਆ ਸੀਗਾ। ਇਹਨਾਂ ਦਾ ਸਾਥੀ ਹਰਜੀਤ ਸਿੰਘ ਉਰਫ ਐਣਕੀ, ਇਹ ਲਹਿਰੀ ਦਾ ਰਹਿਣ ਵਾਲਾ ਹੈਗਾ। ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਤੋਂ ਜਿਹੜੀ ਬਰਾਮਦਗੀ ਹੁਣ ਤੱਕ ਜਿਹੜੀ ਹੈਗੀ, ਜਿਹੜੀ ਹੋਂਡਾ ਸਿਟੀ ਕਾਰ ਇਹਨਾਂ ਨੇ ਵਾਰਦਾਤ ਦੀ ਇਸਤੇਮਾਲ ਕੀਤੀ ਸੀਗੀ, ਉਹ ਗੱਡੀ ਜਿਹੜੀ ਹੈਗੀ ਰਿਕਵਰ ਹੋ ਚੁੱਕੀ ਹੈ। ਇਸ ਤੋਂ ਇਲਾਵਾ ਕੌਨਸਪੀਰੇਸੀ ਦੇ ਵਿੱਚ ਇੱਕ ਆਪਣੇ ਇਹਨਾਂ ਦੀ ਬਲਬੀਰ ਕੌਰ ਜੋ ਹੈਗੀ ਮੌੜ ਦੀ ਰਹਿਣ ਵਾਲੀ, ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਪਹਿਲਾਂ ਹੀ ਜਾ ਚੁੱਕਿਆ ਹੈ। ਅਤੇ ਇਹਦੀ ਜਿਹੜੀ ਵਜ੍ਹਾ ਰੰਜਿਸ਼ ਹੈ ਉਹ ਸਾਹਮਣੇ ਆਈ ਹੈ ਕਿ ਪਹਿਲਾਂ ਅਮਰਿੰਦਰ ਸਿੰਘ ਮੰਝਾ ਜੋ ਕਿ ਬਲਬੀਰ ਕੌਰ ਦਾ ਬੇਟਾ ਸੀ, ਉਹਦੀ 2020 ਦੇ ਵਿੱਚ ਉਹਦਾ ਕਤਲ ਕੀਤਾ ਗਿਆ ਸੀਗਾ, ਜਿਸ ਕਤਲ ਕੇਸ ਦੇ ਵਿੱਚ ਇਹ ਜਿਹੜਾ ਹੁਣ ਮਰਨ ਵਾਲਾ ਹੈਗਾ ਜਿਹਦਾ ਨਾਮ ਹੈਗਾ ਅਠੰਨੀ ਇਹਨੂੰ ਕਹਿੰਦੇ, ਅਤੇ ਇਹਨੂੰ ਜਿਹੜਾ ਹੈਗਾ ਇਸ ਕੇਸ ਦੇ ਵਿੱਚ 2021 ਦੇ ਵਿੱਚ ਇਹਨੂੰ ਬੇਲ ਹੋਈ ਸੀ, ਬੇਲਡ ਆਊਟ ਸੀਗਾ ਅਤੇ ਇਹਨਾਂ ਦੀ ਰੰਜਿਸ਼ ਚੱਲਦੀ ਸੀਗੀ। ਜਿਹੜੀ ਮੁੱਢਲੀ ਤਫਤੀਸ਼ ਦੇ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਹਰਪ੍ਰੀਤ ਸਿੰਘ ਜਸਪ੍ਰੀਤ ਸਿੰਘ ਨੂੰ ਇੱਕ ਵਾਰ ਇਹਨੇ ਪਿੱਛੇ ਵੀ ਕਈ ਵਾਰ ਇਹਨਾਂ ਨੂੰ ਫੜ ਕੇ ਧਮਕੀ ਦਿੱਤੀ ਅਤੇ ਇਹਨਾਂ ਦੀ ਆਪਸ 'ਚ ਜਿਹੜੀ ਰੰਜਿਸ਼ ਸੀਗੀ ਉਹ ਜਾਰੀ ਸੀਗੀ, ਅਤੇ ਇਸ ਕਰਕੇ ਉਸ ਦਿਨ ਇਹਨਾਂ ਨੇ ਉਸ 'ਤੇ ਅਟੈਕ ਕੀਤਾ ਅਤੇ ਇਵੈਂਚੁਅਲੀ ਉਹਦੀ ਡੈਥ ਹੋ ਗਈ। ਇਸ ਮੁਕੱਦਮੇ ਦੇ ਵਿੱਚ ਜਿਹੜੇ ਹੈਗੇ ਹੋਰ ਟੋਟਲ ਇਨੀਸ਼ੀਅਲੀ ਅਸੀਂ 6 ਅਕਿਊਜ਼ ਨਾਮਜ਼ਦ ਕੀਤੇ ਸੀਗੇ, ਇੱਕ ਅਕਿਊਜ਼ ਜਿਹੜਾ ਐਨਕੀ ਹੈਗਾ ਉਹਨੂੰ ਬਾਅਦ ਦੇ ਵਿੱਚ ਨਾਮਜ਼ਦ ਕੀਤਾ ਹੈ, ਅਤੇ ਜਿਹੜੇ ਮੇਨ ਮੌਕੇ 'ਤੇ ਸੀਗੇ 3 ਅਕਿਊਜ਼ ਉਹ ਫੜੇ ਜਾ ਚੁੱਕੇ ਹੈ, ਇੱਕ ਮੇਨ ਕੌਂਸਪੀਰੇਟਰ ਫੜੇ ਜਾ ਚੁੱਕੇ ਹੈ, ਬਾਕੀਆਂ ਦਾ ਰੋਲ ਜਿਹੜਾ ਹੈਗਾ ਤਫਤੀਸ਼ ਦੇ ਦੌਰਾਨ ਸਾਹਮਣੇ ਆਇਆ। ਟੋਟਲ ਕਿੰਨੇ ਫੜੇ ਗਏ? ਟੋਟਲ 4 ਫੜੇ ਗਏ ਜੀ। ਜੀ ਬਲਬੀਰ ਕੌਰ ਜਿਹੜੀ ਇਹਦੇ ਉਹ ਪੁਰਾਣਾ ਜਿਹੜਾ ਜਿਹਦੀ ਕਤਲ ਹੋਇਆ ਸੀਗਾ 2020 ਦੇ ਵਿੱਚ, ਅਮਰਿੰਦਰ ਮੰਝਾ ਉਹਦੀ ਮਾਤਾ ਹੈ।
ਇਹਨਾਂ ਦਾ ਕੋਨਸਪੀਰੇਸੀ ਦੇ ਵਿੱਚ ਇਹ ਹੈਗੇ ਹੈ ਅਤੇ ਜਦੋਂ ਹੁਣ ਜਿਹੜੇ ਮੇਨ ਦੋਸ਼ੀ ਫੜੇ ਗਏ ਹੈ ਅਤੇ ਜਿਹੜੀ ਕੋਨਸਪੀਰੇਸੀ ਸਾਹਮਣੇ ਆਏਗੀ ਉਹ ਇਨਵੈਸਟੀਗੇਸ਼ਨ ਦੌਰਾਨ ਫਿਰ ਸਾਹਮਣੇ ਆਏਗਾ ਕਿਹਦਾ ਕੀ ਰੋਲ ਹੈਗਾ, ਉਸ ਅਕੋਰਡਿੰਗ ਤਫਤੀਸ਼ ਦੌਰਾਨ ਐਗਜ਼ਾਮਿਨ ਕਰਾਂਗੇ।